ਇਹ ਗੁਰਦੇਵ ਸਿੰਘ ਦੇਬੀ ਜਿਹੜੇ ਹੈਗੇ ਨੇ ਇਹਨਾਂ ਦੇ ਘਰ ਦੇ ਅਸੀਂ ਜਿਹੜਾ ਫਰੀਜਿੰਗ ਆਰਡਰ ਗਵਰਨਮੈਂਟ ਆਫ ਇੰਡੀਆ ਜਿਹੜੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੀ ਜਿਹੜੀ ਪ੍ਰੋਪਰਟੀ ਹੈਗੀ ਹੈ 30 ਲੱਖ ਰੁਪਏ ਦੀ ਇਹਨਾਂ ਦੀ ਘਰ ਦੀ ਪ੍ਰੋਪਰਟੀ ਹੈ ਔਰ 7 ਲੱਖ ਦੀ ਇਹਨਾਂ ਦੀ ਜਿਹੜੀ ਕਾਰ ਹੈ ਉਹਨੂੰ ਫਰੀਜ਼ ਕਰ ਕੀਤਾ ਸੀਗਾ। ਉਹਦੇ ਆਰਡਰ ਜਿਹੜੇ ਹੈਗੇ ਸਾਨੂੰ ਪਿਛਲੇ ਮਹੀਨੇ ਮਤਲਬ ਇਸੇ ਮਹੀਨੇ 12 ਤਰੀਕ ਨੂੰ ਸਾਨੂੰ ਜਿਹੜੇ ਹੈਗੇ ਆ ਉਹ ਆਰਡਰ ਹੋਏ ਆ ਅਤੇ ਉਹਦੇ ਵਿੱਚ ਅਸੀਂ ਇਹਨਾਂ ਦੇ ਅੱਜ ਘਰ ਦੇ ਸਾਹਮਣੇ ਬੋਰਡ ਲਗਾ ਕੇ ਸੂਚਨਾ ਲਗਾਈ ਹੈ ਕਿ ਇਹ ਪ੍ਰੋਪਰਟੀ ਜਿਹੜੀ ਹੈਗੀ ਆ ਇਹਨੂੰ ਫਰੀਜ਼ ਕੀਤਾ ਜਾ ਚੁੱਕਾ ਗਵਰਨਮੈਂਟ ਆਫ ਇੰਡੀਆ ਦੇ ਆਰਡਰ ਨੰਬਰ 2 ਦੇ ਨਾਲ ਔਰ ਹੁਣ ਇਹ ਪ੍ਰੋਪਰਟੀ ਜਿਹੜੀ ਹੈਗੀ ਆ ਇਹਨੂੰ ਕੋਈ ਖਰੀਦ ਨਹੀਂ ਸਕਦਾ ਨਾ ਇਹ ਵੇਚ ਸਕਦੇ ਨੇ। ਕੀ ਮਾਮਲਾ ਸੀ ਇਹ ਜਲਾਲਾਬਾਦ ਦਾ ਇੱਕ ਓਲਡ ਕੇਸ ਸੀਗਾ ਜਿਹਦੇ ਵਿੱਚ ਗੁਰਦੇਵ ਦੇਬੀ ਜਿਹੜੇ ਸੀਗੇ ਉਹ ਵੀ ਉਹਦੇ ਵਿੱਚ ਬੁੱਕ ਹੋਏ ਸੀਗੇ। ਉਹ ਜਿਹੜੀ ਇਹ ਪ੍ਰੋਪਰਟੀ ਹੈਗੀ ਹੈ ਮਤਲਬ ਡਰੱਗ ਦੇ ਵਸੀਲਿਆਂ ਤੋਂ ਬਣਾਈ ਹੋਈ ਪ੍ਰੋਪਰਟੀ ਹੈਗੀ ਹੈ, ਡਰੱਗ ਦੇ ਪੈਸਿਆਂ ਨਾਲ ਬਣਾਈ ਹੋਈ ਪ੍ਰੋਪਰਟੀ ਹੈਗੀ ਹੈ ਜਿਹਦੇ ਵਿੱਚ ਕਾਰ ਵੀ ਹੈ ਅਤੇ ਔਰ ਇਹ ਜਿਹੜਾ ਘਰ ਹੈ ਇਹ ਘਰ ਗਲੀ ਨੰਬਰ 11 ਦੇ ਵਿੱਚ ਜਿਹੜਾ ਘਰ ਹੈਗਾ ਲੱਖਣ ਕੇ ਪੱਡੇ ਅਤੇ ਉਹਨਾਂ ਦੇ ਇਸ ਘਰ ਨੂੰ ਜਿਹੜਾ ਪ੍ਰੋਪਰਟੀ ਸੀਜ਼ ਕੀਤੀ ਹੈ ਅਤੇ ਉਹਦਾ ਅਸੀਂ ਅੱਜ ਨੋਟਿਸ ਬੋਰਡ ਜਿਹੜਾ ਹੈਗਾ ਮੈਂ ਅਤੇ SHO ਸੁਬਾਨਪੁਰ ਨਾਲ ਵਿਦ ਟੀਮ ਅਸੀਂ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੇ ਆਰਡਰ ਨੂੰ ਇਹਨਾਂ ਦੇ ਘਰ ਦੇ ਸਾਹਮਣੇ ਫਲੈਕਸ ਦੇ ਉੱਤੇ ਚਿਪਕਾ ਦਿੱਤਾ ਔਰ ਇਹਨਾਂ ਨੂੰ ਉਹਦੀ ਸੂਚਨਾ ਦੇ ਦਿੱਤੀ ਹੈ ਅਤੇ ਇਹ ਹੁਣ ਇਹ ਪ੍ਰੋਪਰਟੀ ਜਿਹੜੀ ਹੈਗੀ ਗਵਰਨਮੈਂਟ ਦੀ ਪ੍ਰੋਪਰਟੀ ਹੋ ਗਈ ਹੈ, ਇਹਨੂੰ ਇਹ ਵੇਚ ਨਹੀਂ ਸਕਦੇ ਨਾ ਹੀ ਇਹਨੂੰ ਕੁਝ ਖਰੀਦ ਸਕਦਾ। ਬਸ ਇਹਦੀ ਪ੍ਰੋਪਰਟੀ ਜਿਹੜੀ ਹੈਗੀ ਹੁਣ ਜੋ ਅੱਗੇ ਲੀਗਲ ਪ੍ਰੋਸੀਜਰ ਹੈਗਾ ਆ ਗਵਰਨਮੈਂਟ ਦਾ ਉਹਦੇ ਮੁਤਾਬਕ ਉਹ ਅਡੋਪਟ ਹੋਣਾ ਆ ਅਤੇ ਜੋ ਹੁਣ ਤੱਕ ਦੀ ਸਾਡੀ ਜੋ ਕਾਰਵਾਈ ਬਣਦੀ ਸੀ ਉਹ ਅੱਜ ਅਸੀਂ ਇਹਨਾਂ ਦੀ ਕਰ ਦਿੱਤੀ ਹੈ। 37 ਲੱਖ ਰੁਪਏ ਦੀ ਟੋਟਲ ਅਮਾਊਂਟ ਹੈਗਾ। ਇਹ ਗੁਰਦੇਵ ਸਿੰਘ ਦੇਬੀ ਜਿਹੜੇ ਹੈਗੇ ਨੇ ਇਹਨਾਂ ਦੇ ਘਰ ਦੇ ਅਸੀਂ ਜਿਹੜਾ ਫਰੀਜਿੰਗ ਆਰਡਰ ਗਵਰਨਮੈਂਟ ਆਫ ਇੰਡੀਆ ਜਿਹੜੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੀ ਜਿਹੜੀ ਪ੍ਰੋਪਰਟੀ ਹੈਗੀ ਹੈ 30 ਲੱਖ ਰੁਪਏ ਦੀ ਇਹਨਾਂ ਦੀ ਘਰ ਦੀ ਪ੍ਰੋਪਰਟੀ ਹੈ ਔਰ 7 ਲੱਖ ਦੀ ਇਹਨਾਂ ਦੀ ਜਿਹੜੀ ਕਾਰ ਹੈ ਉਹਨੂੰ ਫਰੀਜ਼ ਕਰ ਕੀਤਾ ਸੀਗਾ। ਉਹਦੇ ਆਰਡਰ ਜਿਹੜੇ ਹੈਗੇ ਸਾਨੂੰ ਪਿਛਲੇ ਮਹੀਨੇ ਮਤਲਬ ਇਸੇ ਮਹੀਨੇ 12 ਤਰੀਕ ਨੂੰ ਸਾਨੂੰ ਜਿਹੜੇ ਹੈਗੇ ਆ ਉਹ ਆਰਡਰ ਹੋਏ ਆ ਅਤੇ ਉਹਦੇ ਵਿੱਚ ਅਸੀਂ ਇਹਨਾਂ ਦੇ ਅੱਜ ਘਰ ਦੇ ਸਾਹਮਣੇ ਬੋਰਡ ਲਗਾ ਕੇ ਸੂਚਨਾ ਲਗਾਈ ਹੈ ਕਿ ਇਹ ਪ੍ਰੋਪਰਟੀ ਜਿਹੜੀ ਹੈਗੀ ਹੈ ਇਹਨੂੰ ਫਰੀਜ਼ ਕੀਤਾ ਜਾ ਚੁੱਕਾ ਗਵਰਨਮੈਂਟ ਆਫ ਇੰਡੀਆ ਦੇ ਆਰਡਰ ਨੰਬਰ 2 ਦੇ ਨਾਲ ਔਰ ਹੁਣ ਇਹ ਪ੍ਰੋਪਰਟੀ ਜਿਹੜੀ ਹੈਗੀ ਹੈ ਇਹਨੂੰ ਕੋਈ ਖਰੀਦ ਨਹੀਂ ਸਕਦਾ ਨਾ ਇਹ ਵੇਚ ਸਕਦੇ ਨੇ। ਕੀ ਮਾਮਲਾ ਸੀ ਇਹ ਜਲਾਲਾਬਾਦ ਦਾ ਇੱਕ ਓਲਡ ਕੇਸ ਸੀਗਾ ਜਿਹਦੇ ਵਿੱਚ ਗੁਰਦੇਵ ਦੇਬੀ ਜਿਹੜੇ ਸੀਗੇ ਉਹ ਵੀ ਉਹਦੇ ਵਿੱਚ ਬੁੱਕ ਹੋਏ ਸੀਗੇ। ਉਹ ਜਿਹੜੀ ਇਹ ਪ੍ਰੋਪਰਟੀ ਹੈਗੀ ਹੈ ਮਤਲਬ ਡਰੱਗ ਦੇ ਵਸੀਲਿਆਂ ਤੋਂ ਬਣਾਈ ਹੋਈ ਪ੍ਰੋਪਰਟੀ ਹੈਗੀ ਹੈ, ਡਰੱਗ ਦੇ ਪੈਸਿਆਂ ਨਾਲ ਬਣਾਈ ਹੋਈ ਪ੍ਰੋਪਰਟੀ ਹੈਗੀ ਹੈ ਜਿਹਦੇ ਵਿੱਚ ਕਾਰ ਵੀ ਹੈ ਅਤੇ ਔਰ ਇਹ ਜਿਹੜਾ ਘਰ ਹੈ ਇਹ ਘਰ ਗਲੀ ਨੰਬਰ 11 ਦੇ ਵਿੱਚ ਜਿਹੜਾ ਘਰ ਹੈਗਾ ਲੱਖਣ ਕੇ ਪੱਡੇ ਅਤੇ ਉਹਨਾਂ ਦੇ ਇਸ ਘਰ ਨੂੰ ਜਿਹੜਾ ਪ੍ਰੋਪਰਟੀ ਸੀਜ਼ ਕੀਤੀ ਹੈ ਅਤੇ ਉਹਦਾ ਅਸੀਂ ਅੱਜ ਨੋਟਿਸ ਬੋਰਡ ਜਿਹੜਾ ਹੈਗਾ ਮੈਂ ਅਤੇ SHO ਸੁਬਾਨਪੁਰ ਨਾਲ ਵਿਦ ਟੀਮ ਅਸੀਂ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੇ ਆਰਡਰ ਨੂੰ ਇਹਨਾਂ ਦੇ ਘਰ ਦੇ ਸਾਹਮਣੇ ਫਲੈਕਸ ਦੇ ਉੱਤੇ ਚਿਪਕਾ ਦਿੱਤਾ ਔਰ ਇਹਨਾਂ ਨੂੰ ਉਹਦੀ ਸੂਚਨਾ ਦੇ ਦਿੱਤੀ ਹੈ ਅਤੇ ਇਹ ਹੁਣ ਇਹ ਪ੍ਰੋਪਰਟੀ ਜਿਹੜੀ ਹੈਗੀ ਗਵਰਨਮੈਂਟ ਦੀ ਪ੍ਰੋਪਰਟੀ ਹੋ ਗਈ ਹੈ, ਇਹਨੂੰ ਇਹ ਵੇਚ ਨਹੀਂ ਸਕਦੇ ਨਾ ਹੀ ਇਹਨੂੰ ਕੁਝ ਖਰੀਦ ਸਕਦਾ। ਬਸ ਇਹਦੀ ਪ੍ਰੋਪਰਟੀ ਜਿਹੜੀ ਹੈਗੀ ਹੁਣ ਜੋ ਅੱਗੇ ਲੀਗਲ ਪ੍ਰੋਸੀਜਰ ਹੈਗਾ ਆ ਗਵਰਨਮੈਂਟ ਦਾ ਉਹਦੇ ਮੁਤਾਬਕ ਉਹ ਅਡੋਪਟ ਹੋਣਾ ਆ ਅਤੇ ਜੋ ਹੁਣ ਤੱਕ ਦੀ ਸਾਡੀ ਜੋ ਕਾਰਵਾਈ ਬਣਦੀ ਸੀ ਉਹ ਅੱਜ ਅਸੀਂ ਇਹਨਾਂ ਦੀ ਕਰ ਦਿੱਤੀ ਹੈ। 37 ਲੱਖ ਰੁਪਏ ਦੀ ਟੋਟਲ ਅਮਾਊਂਟ ਹੈਗਾ। ਠੀਕ ਹੈ ਸਰ।